ਅੰਮ੍ਰਿਤਸਰ ਵਿਖੇ ਵੱਖ ਵੱਖ ਇਲਾਕਿਆਂ ਵਿੱਚੋਂ ਗੁਰੂ ਰਵਿਦਾਸ ਜੀ ਦੇ 641ਵੇਂ ਜਨਮ ਦਿਵਸ ਮੌਕੇ ਸ਼ੋਭਾ ਯਾਤਰਾ ਨਿਕਾਲੀ ਗਈ। ਇਸ ਸ਼ੋਭਾ ਯਾਤਰਾ ਦਾ ਸਵਾਗਤ ਜ਼ਿਲ੍ਹਾ ਹੈੱਡ ਆਫਿਸ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਭੂਸ਼ਨਪੁਰਾ ਦੇ ਪ੍ਰਧਾਨ ਰਾਮ ਕੁਮਾਰ, ਦਰਸ਼ਨ ਲਾਲ ਜਸਵਾਲ, ਰਮੇਸ਼ ਕੁਮਾਰ ਰੋਮੀ ਆਦਿ ਮੈਂਬਰਾਂ ਵੱਲੋਂ ਸਭਾ ਸੁਸਾਇਟੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਦੇ ਕੇ ਕੀਤਾ ਗਿਆ। ਇਸ ਮੌਕੇ MP ਗੁਰਜੀਤ ਔਜਲਾ ਦੀ ਮਾਤਾ ਜਗੀਰ ਕੌਰ, ਦੌਲਤ ਰਾਮ ਖਹਿਰਾ ਪ੍ਰਧਾਨ ਰਵਿਦਾਸ ਸਭਾ ਗੇਟ ਖਜ਼ਾਨਾ ਆਦਿ ਨੇ ਨਿਊਜ਼ ਨੰਬਰ ਦਾ ਧੰਨਵਾਦ ਕਰਦੇ ਹੋਏ ਸਮੁੱਚੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਦੇ ਨਾਲ ਰਵਿਦਾਸ ਜੀ ਦੇ ਪਾਏ ਪੂਰਨੀਆਂ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਣਾ ਦਿੱਤੀ। ਮੈਂ ਦੌਲਤ ਰਾਮ ਖਹਿਰਾ ਪ੍ਰਧਾਨ ਸ੍ਰੀ ਗੁਰਦਾਸ ਪ੍ਰੇਮ ਸਭਾ ਕੜਾ ਖਜ਼ਾਨਾ ਅੱਜ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨ ਗੁਰੂ ਰਵਿਦਾਸ ਮਹਾਰਾਜ ਦੇ 641ਵੇਂ ਜਨਮ ਦਿਵਸ 'ਤੇ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਵਰਤਾਏ ਹੋਏ ਪੂਨਿਆਂ 'ਤੇ ਚੱਲਣਾ ਸਾਡਾ ਪਰਮ ਧਰਮ ਕਰਤੱਵਿਆ ਹੈ। ਅਸੀਂ ਇਹੋ ਆਸ ਕਰਦੇ ਹਾਂ, ਅਲੱਗ ਅਲੱਗ ਇਲਾਕਿਆਂ ਤੋਂ ਆਈਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ, ਜੋ ਭਗਵਾਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਪਣਾਇਆ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਪ ਨੂੰ ਝਗੜਾਉਣ ਦੀ ਕੋਸ਼ਿਸ਼ ਕਰੋ। ਜੈ ਗੁਰੂ ਗੁਰੂ। ਸ਼੍ਰੀ ਰਾਮ ਕੁਮਾਰ ਜੀ ਹੈੱਡ ਆਫਿਸ ਦੇ ਪ੍ਰਧਾਨ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਜਨਮ ਦਿਨ ਦੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਜੀ। ਅੱਜ ਦੇ ਸ਼ੁਭ ਦਿਹਾੜੇ 'ਤੇ ਜਿਹੜੀਆਂ ਸੰਗਤਾਂ ਦੂਸਰੇ ਮਹੱਲਿਆਂ ਤੋਂ ਆਪਣੀਆਂ ਸ਼ੋਭਾ ਯਾਤਰਾ ਲੈ ਕੇ ਇੱਥੇ ਪਹੁੰਚੀਆਂ ਨੇ, ਗੁਰੂ ਰਵਿਦਾਸ ਨੌਜਵਾਨ ਸਭਾ ਹੈੱਡ ਆਫ ਭੂਸ਼ਨਪੁਰਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੀ, ਔਰ ਉਹਨਾਂ ਸੰਗਤਾਂ ਨੂੰ ਆਪਣੇ ਮਹੱਲੇ ਵੱਲੋਂ ਆਪਣੀ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ ਜੀ।